स्वागत करते हैं जी एक बार फिर आप सब का अज्ज दे इस रिलीजियस सैगमेंट में। घरां दे विच जो कुछ होंदा जी उसकी रिफलैक्शन समाज में सानू नज़र आती है, तो अज एक बहुत वड्डी समस्या अपने भाईचारे बनी पई है कि अज ये आम ही सानू सुनने मिलता है कि बच्चे जिहड़े हैगे ने माँ प्यो की नहीं सुनते अते बच्चे कहिंदे ने कि माँ प्यो जिहड़े हैगे ने साडी नहीं सुनते। इस टकरार दे विच घर की जिहड़ी एक स्ट्रोंग फाउंडेशन होंदी सी उस दे विच तरेरां आणियां शुरू हो चुकियां ने, अते इस दे विच की कुछ किया जा सकता है, किवें ਘਰਾਂ ਦੇ ਵਿੱਚ ਇੱਕ ਸੁਖਾਵਾਂ ਮਾਹੌਲ ਬਣੇ, ਇੱਕ ਮਾਂ ਕੀ ਰੋਲ ਪਲੇਅ ਕਰ ਸਕਦੀ ਹੈ, ਇੱਕ ਬਾਪ ਨੂੰ ਕੀ ਰੋਲ ਪਲੇਅ ਕਰਨਾ ਚਾਹੀਦਾ ਹੈ, ਇਸ ਸੰਬੰਧ ਵਿੱਚ ਅਸੀਂ ਗੱਲਬਾਤ ਕਰਾਂਗੇ। ਤੇ ਮੇਰਾ ਸਾਥ ਦੇਣਗੇ ਇੰਦਰਜੀਤ ਕੌਰ ਬਾਸੀ ਜੀ, ਜਿਹੜੇ ਕਿ ਫਾਊਂਡਰ ਹਨ ਗੁਰ ਸ਼ੋਭਾ ਫਾਊਂਡੇਸ਼ਨ ਦੇ। ਇਹ ਉਹ ਸੰਸਥਾ ਹੈ ਜਿਹੜੀ ਕਿ ਕੋਸ਼ਿਸ਼ ਕਰਦੀ ਹੈ ਲੋਕਾਂ ਦੇ ਨਾਲ ਵਿਚਾਰ ਵਟਾਂਦਰੇ ਰਾਹੀਂ ਇੱਕ ਐਸਾ ਸੋਚ ਅੱਗੇ ਲਿਆਉਣ ਵਾਸਤੇ ਕਿ ਜਿਸ ਦੇ ਨਾਲ ਘਰਾਂ ਦੇ ਵਿੱਚ ਅਤੇ ਸਮਾਜ ਦੇ ਵਿੱਚ ਇੱਕ ਸੁਖਾਵਾਂ ਮਾਹੌਲ ਕ੍ਰੀਏਟ ਕੀਤਾ ਜਾ ਸਕੇ। ਸਵਾਗਤ ਕਰਦੇ ਹਾਂ ਇੰਦਰਜੀਤ ਕੌਰ ਬਾਸੀ ਜੀ ਦਾ। ਜੈਨ ਜੀ ਭੈਣ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵਿਚਰਦੇ ਹੋ ਜੀ ਸਮਾਜ ਦੇ ਵਿੱਚ, ਘਰਾਂ ਦੇ ਵਿੱਚ ਜੋ ਕੁਝ ਹੋ ਰਿਹਾ ਤੁਹਾਡੇ ਕੋਲ ਆ ਕੇ ਰਿਟਰੀਟ ਰਾਹੀਂ, ਜਾਂ ਤੁਸੀਂ ਜਿਹੜਾ ਮੰਥਲੀ ਕੀਰਤਨ ਤੇ ਡਿਸਕਸ਼ਨ ਦਾ ਇੱਕ ਪ੍ਰੋਗਰਾਮ ਕਰਦੇ ਹੋ, ਉਸ ਵਿੱਚ ਇਹੋ ਜਿਹੇ ਇਸ਼ੂਜ਼ ਆਉਂਦੇ ਹੈਗੇ। ਹਾਂਜੀ, ਅਤੇ ਇੱਕ ਬੜਾ ਕਾਮਨ ਹੋ ਚੁੱਕਿਆ ਹੈਗਾ, ਜਨਰੇਸ਼ਨ ਗੈਪ ਤਾਂ ਹਮੇਸ਼ਾ ਹੀ ਰਿਹਾ, ਮਾਂ ਪਿਓ ਦਾ ਅਤੇ ਬੱਚਿਆਂ ਦਾ ਤਾਂ ਫਰਕ ਹੈ ਹੀ ਇਹ ਸੋਚ ਦਾ, ਲੇਕਿਨ ਇਹ ਟਕਰਾਰ ਜਿਹੜਾ ਹੈਗਾ ਹੁਣ ਬਹੁਤ ਜ਼ਿਆਦਾ ਗੰਭੀਰਤਾ ਦਾ ਰੂਪ ਇਖਤਿਆਰ ਕਰਦਾ ਜਾ ਰਿਹਾ ਹੈ। ਅਤੇ ਖਾਸ ਤੌਰ 'ਤੇ ਪਹਿਲਾਂ ਤਾਂ ਮੁੰਡੇ ਜਿਹੜੇ ਹੁੰਦੇ ਸੀ ਇਹ ਸੁਣਨ ਨੂੰ ਮਿਲਦਾ ਸੀ, ਪਰ ਅੱਜ ਜਿਹੜੀਆਂ ਬੱਚੀਆਂ ਨੇ ਉਹ ਵੀ ਮਾਵਾਂ ਕਹਿਣੇ ਨੂੰ ਸੁਣਨ ਨੂੰ ਮਿਲਦੀਆਂ ਨੇ ਕਿ ਨਹੀਂ ਜੀ ਇਹ ਤਾਂ ਸੁਣਨ ਨੂੰ ਬਿਲਕੁਲ ਹੁਣ ਤਿਆਰ ਹੀ ਨਹੀਂ ਹੈਗੀਆਂ। ਸੋ ਇਸ ਸੰਬੰਧ ਵਿੱਚ ਕਿਵੇਂ ਇੱਕ ਸੁਖਾਵਾਂ ਮਾਹੌਲ ਕ੍ਰੀਏਟ ਕੀਤਾ ਜਾਵੇ, ਜਿਹੜਾ ਚੈਲੰਜ ਹੈਗਾ ਇਹਨੂੰ ਕਿਵੇਂ ਘਰ ਦੇ ਲੈਵਲ 'ਤੇ ਅਤੇ ਕਮਿਊਨਿਟੀ ਦੇ ਲੈਵਲ 'ਤੇ ਇਸ ਨਾਲ ਅਸੀਂ ਇਸ ਇਸ਼ੂ ਨੂੰ ਟੈਕਲ ਕਰ ਸਕੀਏ, ਇਹਦੇ ਵਿੱਚ ਤੁਸੀਂ ਦੱਸੋ ਕਿ ਕੀ ਨੇ ਤੁਹਾਡੇ ਵਿਚਾਰ। ਵੀਰ ਜੀ, ਸਭ ਤੋਂ ਪਹਿਲਾਂ ਤਾਂ ਮੈਨੂੰ ਤੁਹਾਡੇ ਕੁਐਸਚਨ ਕਰਦੇ ਕਰਦੇ ਇੱਕ ਗੱਲ ਯਾਦ ਆਈ ਆ ਜੀ ਕਿ ਅੱਜ ਦਾ ਜਿਹੜਾ ਸਮਾਂ ਆ, ਜਦੋਂ ਅਸੀਂ ਕਹਿੰਦੇ ਕਿ ਬਰਾਬਰੀ ਦਾ ਸਮਾਂ ਆ ਜੀ, ਫਿਰ ਅਸੀਂ ਇਹਨੂੰ ਗੁਰਬਾਣੀ 'ਤੇ ਵੀ ਲੈ ਆਉਂਦੇ, ਗੁਰੂ ਗ੍ਰੰਥ ਸਾਹਿਬ 'ਤੇ ਵੀ ਲੈ ਆਉਂਦੇ ਕਿ ਸਾਡੇ ਗੁਰੂ ਸਾਹਿਬ ਨੇ ਸਾਨੂੰ ਬਰਾਬਰਤਾ ਦਿੱਤੀ ਹੋਈ ਸਭ ਪਾਸੇ ਵਿੱਚ। ਜੇ ਬਰਾਬਰਤਾ ਦਾ ਸਮਾਂ ਹੈਗਾ, ਫਿਰ ਜੋ ਸਾਡੇ ਬੇਟੇ ਕਰਦੇ ਆ ਉਹ ਸਾਡੀਆਂ ਬੇਟੀਆਂ ਕਿਉਂ ਨਾ ਕਰਨ? ਜੋ ਸਾਡੀਆਂ ਬੇਟੀਆਂ ਹਰ ਰੋਜ਼ ਘਰ ਵਿੱਚ ਦੇਖਦੀਆਂ ਕਿ ਸਾਡੇ ਬੇਟੇ ਇੰਨੇ ਵਜੇ ਘਰਾਂ ਤੋਂ ਬਾਹਰ ਜਾਂਦੇ, ਇੰਨੇ ਵਜੇ ਘਰ ਨੂੰ ਆਉਂਦੇ ਆ, ਉਹਨਾਂ ਨੂੰ ਪੂਰੀ ਫਰੀਡਮ ਆ। ਮਾਂ ਬਾਪ ਉਹਨਾਂ ਨੂੰ ਕੁਛ ਕਹਿ ਨਹੀਂ ਸਕਦੇ, ਜੇ ਕਹਿੰਦੇ ਆ ਤਾਂ ਬੇਟੇ ਮੂਹਰਿਓਂ ਬੋਲਦੇ ਆ, ਘਰਾਂ ਦੀਆਂ ਦਰਵਾਜ਼ੇ ਭੰਨਦੇ ਆ ਜਾਂ ਕਾਰਾਂ ਦੀਆਂ ਡੋਰਾਂ ਭੰਨਦੇ ਹੈਗੇ ਆ। ਸੋ ਫਿਰ ਬੇਟੀਆਂ ਉਹ ਦੇਖ ਕੇ ਪਲਦੀਆਂ ਸਾਰਾ ਕੁਛ। ਪਹਿਲੀ ਗੱਲ ਤਾਂ ਹੈਗਾ ਕਿ ਅੱਜ ਦੇ ਸਮੇਂ ਵਿੱਚ ਜਿੱਥੇ ਤਾਈਂ ਵਾਹਿਗੁਰੂ ਨੇ ਮੈਨੂੰ ਸਮਝ ਬਖਸ਼ੀ ਆ, ਮੈਨੂੰ ਲੱਗਦਾ ਔਰਤ ਨਾਲੋਂ ਆਦਮੀ ਨੂੰ ਆਪਣੇ ਆਪ 'ਤੇ ਕੰਮ ਕਰਨ ਦੀ ਜ਼ਿਆਦਾ ਜ਼ਰੂਰਤ ਆ, ਕਿਉਂਕਿ ਉਹਨੇ ਵੀ ਘਰ ਦੇ ਵਿੱਚ ਇੱਕ ਸਟੈਂਡਰਡ ਸੈੱਟ ਕਰਨਾ, ਫਿਰ ਕਮਿਊਨਿਟੀ ਵਜੋਂ ਵੀ ਕਿ ਕਮਿਊਨਿਟੀ ਨੇ ਵੀ ਇੱਕ ਸਟੈਂਡਰਡ ਸੈੱਟ ਕਰਨਾ ਆ। ਜੇ ਸ਼ੁਰੂ ਤੋਂ ਹੀ ਬੱਚੀ ਦੇ ਮਨ ਵਿੱਚ ਇਹ ਗੱਲ ਪਾਈ ਜਾਵੇ ਵੀ ਕੋਈ ਨਹੀਂ ਮਰਦ ਤਾਂ ਇੱਦਾਂ ਕਰਦੇ ਹੁੰਦੇ ਆ ਪਰ ਔਰਤ ਨਹੀਂ ਕਰਦੀ, ਜਾਂ ਬੇਟੇ ਤਾਂ ਇੱਦਾਂ ਕਰਦੇ ਆ ਬੇਟੀ ਨਹੀਂ ਇੱਦਾਂ ਕਰ ਸਕਦੀ, ਫਿਰ ਤੁਸੀਂ ਕਹੋਗੇ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ, ਫਿਰ ਉਹ ਬੱਚੀਆਂ ਨੇ ਆਪੇ ਹੀ ਕਹਿਣਾ ਕਿ ਸਾਡੇ ਮਾਂ ਬਾਪ ਦੀ ਸੋਚ ਜਿਹੜੀ ਆ ਪੁਰਾਣੀ ਆ। ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਰਿਵਾਰ ਵਿੱਚ ਸਾਰੇ ਇੱਕੋ ਜਿਹੇ ਹਾਂ ਅਤੇ ਪਰਿਵਾਰ ਦੇ ਵਿੱਚ ਸਾਰਿਆਂ ਦਾ ਮਾਹੌਲ, ਸਾਰਿਆਂ ਦੀ ਸੋਚ, ਸਾਰਿਆਂ ਦੀ ਬੋਲਬਾਣੀ ਇੱਕ ਹੋਣੀ ਚਾਹੀਦੀ ਆ, ਸਾਡਾ ਖਾਣਾ ਪੀਣਾ ਇੱਕ ਹੋਣਾ ਚਾਹੀਦਾ, ਸਾਡਾ ਸਭ ਕੁਛ ਇਕੱਠਾ ਹੋਣਾ ਚਾਹੀਦਾ। ਹਾਂ, ਅਸੀਂ ਆਪਣੀ ਬੇਟੀ ਨੂੰ ਦੱਸ ਸਕਦੇ ਹਾਂ ਕਿ ਜੇ ਸਾਡਾ ਬੇਟਾ ਰਾਤ ਨੂੰ ਕਿਤੇ ਉਹ ਲੇਟ ਆ ਰਿਹਾ, ਉਹਨੂੰ ਕੋਈ ਗੱਲ ਹੈਗੀ, ਉਹ ਵੀ ਸੇਫ ਨਹੀਂ ਹੈਗਾ, ਪਰ ਉਹ ਥੋੜ੍ਹਾ ਆਪਣੀ ਸੈਲਫ ਡਿਫੈਂਸ ਫਿਰ ਵੀ ਔਰਤ ਨੂੰ ਜਾਂ ਬੱਚੀ ਤੋਂ ਜ਼ਿਆਦਾ ਕਰ ਸਕਦਾ ਆ, ਕਿ ਇੱਕ ਇਕੱਲੀ ਬੱਚੀ ਨੂੰ ਰਾਤ ਨੂੰ ਲੇਟ ਕਿਤੇ ਦੇਖ ਕੇ ਕੁਛ ਵੀ ਹੋ ਸਕਦਾ ਹੈਗਾ। ਜਿਹੜਾ ਤੁਸੀਂ ਕੁਐਸਚਨ ਕੀਤਾ ਜਾਂ ਜਿਹੜਾ ਇਹ ਅੱਜ ਦਾ ਸਮਾਂ ਚੱਲ ਰਿਹਾ, ਇਹਦੇ ਵਿੱਚ ਸਾਡੇ ਕੋਲ ਬਹੁਤ ਆਉਂਦੀਆਂ ਹੈਗੀਆਂ ਗੱਲਾਂ। ਮਦਰਸ ਨੂੰ ਮੈਂ ਇਹ ਕਹੂੰਗੀ ਕਿ ਉਹ ਮਦਰਸ ਆ, ਉਹ ਮਾਂ ਆ, ਉਹਨਾਂ ਦੀ ਬੇਟੀ ਮਾਂ ਨਹੀਂ ਹੈਗੀ। ਸੋ ਇੱਕ ਮਾਂ ਨੂੰ ਹੋ ਸਕਦਾ ਬਾਰ ਬਾਰ ਹਜ਼ਾਰ ਵਾਰੀ ਦੱਸਣਾ ਪਊਗਾ ਕਿ ਬੇਟਾ ਇਹ ਗੱਲ ਗਲਤ ਆ, ਬੇਟਾ ਇਹ ਗੱਲ ਹੋਣੀ ਨਹੀਂ ਹੈਗੀ, ਬੇਟਾ ਇਹ ਤੁਹਾਨੂੰ ਇਸ ਗੱਲ ਦੀ ਪਰਮਿਸ਼ਨ ਨਹੀਂ ਦੇਣੀ, ਮੈਂ ਦੇ ਸਕਦੀ। ਬੱਚਾ ਉਹਨੇ ਕੁਐਸਚਨ ਕਰਨੇ ਕਿਉਂ ਨਹੀਂ ਹੋ ਸਕਦਾ, ਉਹਨੇ 100 ਤੁਹਾਨੂੰ ਅੱਗੋਂ ਦੱਸਣੀਆਂ ਹੈਗੀਆਂ, ਪਰ ਤੁਹਾਡੇ ਵਿੱਚ ਕਿੰਨਾ ਕੁ ਬਲ ਆ, ਤੁਹਾਡੇ ਵਿੱਚ ਕਿੰਨੀ ਕੁ ਪੇਸ਼ੈਂਸ ਆ, ਤੁਹਾਡੇ ਕੋਲ ਕਿੰਨਾ ਕੁ ਸਮਾਂ ਆ, ਤੁਸੀਂ ਕਿੰਨੇ ਕੁ ਰਿਲੈਕਸ ਆ, ਤੁਹਾਡੇ ਕੋਲ ਕਿੰਨੀ ਕੁ ਅਵੇਅਰਨੈਸ ਹੈਗੀ ਆ ਕਿ ਤੁਸੀਂ ਉਸ ਆਪਣੀ ਬੱਚੀ ਦੀ ਗੱਲ ਬਾਰ ਬਾਰ ਸੁਣ ਕੇ ਉਹਨੂੰ ਜਿਹੜਾ ਤੁਸੀਂ ਇੱਕ ਹਸਬੈਂਡ ਵਾਈਫ ਨੇ ਡਿਸੀਜ਼ਨ ਬਣਾਇਆ ਆ, ਤੁਸੀਂ ਉਸ ਡਿਸੀਜ਼ਨ 'ਤੇ ਖੜ੍ਹੇ ਵੀ ਰਹੋ, ਪਰ ਉਹਦੇ ਜਿੰਨੇ ਕੁਐਸਚਨ ਆ ਉਹ ਤੁਸੀਂ ਪ੍ਰੋਪਰ ਆਂਸਰ ਵੀ ਕਰ ਦਿਉ, ਤਾਂ ਕਿ ਜਦੋਂ ਬੱਚੀ ਤੁਹਾਡੇ ਨਾਲ ਗੁੱਸੇ ਹੋ ਕੇ ਆਪਣੇ ਰੂਮ 'ਚ ਜਾ ਕੇ ਡੋਰ ਬੰਦ ਕਰਕੇ ਸੋਚੇ ਤਾਂ ਉਹਨੂੰ ਲੱਗੇ ਕਿ ਹਾਂ ਜੋ ਮੈਨੂੰ ਉਹਨਾਂ ਨੇ ਥੱਲੇ ਕਿਹਾ ਆ ਜਾਂ ਜੋ ਮੇਰੇ ਪੇਰੈਂਟਸ ਨੇ ਮੈਨੂੰ ਦੱਸਿਆ ਉਹ ਗੱਲ ਠੀਕ ਹੈਗਾ। ਪਰ ਉਹਦੇ ਲਈ ਸਾਨੂੰ, ਅਸੀਂ ਫਿਰ ਮੁੜ ਕੇ ਗੁਰੂ ਗ੍ਰੰਥ ਸਾਹਿਬ ਅਤੇ ਗੁਰਬਾਣੀ 'ਤੇ ਮੁੜ ਕੇ ਆ ਜਾਂਦੇ ਹਾਂ ਕਿ ਅਸੀਂ ਬਹੁਤ ਛੇਤੀ ਕਹਿ ਦਿੰਦੇ ਕਿ ਸਾਡੇ ਬੱਚਿਆਂ ਨੂੰ ਸਮਝ ਨਹੀਂ ਪੈਂਦੀ ਜਾਂ ਸਾਡੇ ਬੱਚੇ ਸੁਣਦੇ ਨਹੀਂ ਹੈਗੇ ਜਾਂ ਸਾਡੇ ਬੱਚੇ ਮੰਨਦੇ ਨਹੀਂ ਹੈਗੇ, ਜਾਂ ਸੁਣ ਵੀ ਲੈਂਦੇ ਆ ਮੰਨ ਵੀ ਲੈਂਦੇ ਪਰ ਉਹ 'ਤੇ ਚੱਲਦੇ ਨਹੀਂ।
ਵੀਰ ਜੀ ਸਾਰੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਰੇ ਸ਼ਬਦ ਸਾਰੇ ਗੁਰੂ ਸਾਹਿਬਾਂ ਨੇ ਸਾਰੇ ਭਗਤਾਂ ਨੇ ਸੰਤਾਂ ਨੇ ਫਕੀਰਾਂ ਨੇ ਸਾਡੇ ਮਨ ਨੂੰ ਵੀ ਤਾਂ ਵਾਰ ਵਾਰ ਕੁਐਸਚਨ ਆਨਸਰ ਦੇ ਕੇ ਸਮਝਾਇਆ ਹੀ ਆ। ਅਸੀਂ ਕਿੰਨਾ ਕੁ ਸਮਝਦੇ ਹਾਂ, ਕਿੰਨਾ ਕੁ ਮੰਨਦੇ ਹਾਂ, ਸੁਣਦੇ ਅਤੇ ਚੱਲਦੇ ਹਾਂ। ਜਦੋਂ ਅਸੀਂ ਉਹ ਸਾਰਾ ਕੁਛ ਕਰ ਆਪਣੀ ਲਾਈਫ ਵਿੱਚ ਲਿਆਂਦਾ, ਆਟੋਮੈਟਿਕਲੀ ਜੋ ਬੱਚਿਆਂ ਨੇ ਸਾਡੀ ਜ਼ਿੰਦਗੀ 'ਚ ਪਰਿਵਰਤਨ ਦੇਖਣਾ, ਸਾਡੀ ਸੋਚ ਵਿੱਚ ਪਰਿਵਰਤਨ ਦੇਖਣਾ, ਉਹਨਾਂ ਦੀ ਜ਼ਿੰਦਗੀ ਵਿੱਚ ਜੇ ਪੂਰਾ ਨਹੀਂ ਤਾਂ ਥੋੜ੍ਹਾ ਤਾਂ ਆਊਗਾ ਹੀ ਨਾ। ਪਰ ਅਸੀਂ ਪਹਿਲਾਂ ਆਪਣੇ ਆਪ 'ਤੇ ਕੰਮ ਕਰਨਾ ਬੰਦ ਕਰ ਦਿੱਤਾ। ਜੇ ਵੀਰ ਜੀ ਅਸੀਂ ਆਪਣਾ ਉੱਚਾ ਅਤੇ ਸੁੱਚਾ ਕਿਰਦਾਰ ਬਣਾਵਾਂਗੇ ਤਾਂ ਬੇਟੀ ਦਾ ਵੀ ਤਾਂ ਬਣੂਗਾ ਹੀ ਨਾ। ਜੇ ਪਹਿਲਾਂ ਸਾਡਾ ਹੀ ਨਹੀਂ ਹੋਊਗਾ ਤੇ ਬੇਟੀ ਨੂੰ ਅਸੀਂ ਕੀ, ਅਸੀਂ ਆਪਣੀ ਐਗਜ਼ਾਮਪਲ ਦੇ ਸਕਦੇ ਹਾਂ। ਜੇ ਅਸੀਂ ਪਿੱਛੋਂ ਕੋਈ ਐਗਜ਼ਾਮਪਲ ਦੇਵਾਂਗੇ ਤਾਂ ਬੱਚੇ ਕਹਿੰਦੇ ਜੀ ਉਹ ਤੁਸੀਂ ਉਸ ਸਦੀ ਦੀਆਂ ਗੱਲਾਂ ਕਰਦੇ ਆ, ਹੁਣ ਦੀ ਗੱਲ ਕਰੋ। ਜੇ ਬੱਚੇ ਨੂੰ ਪਤਾ ਹੋ ਕਿ ਮੇਰੀ ਮਾਂ ਹੀ ਮੇਰਾ ਰੋਲ ਮਾਡਲ ਆ, ਮੇਰੀ ਮਾਂ ਹੀ ਮੇਰੀ ਬੈਸਟ ਫਰੈਂਡ ਆ, ਨੋ ਮੈਟਰ ਵਟ ਮੈਂ ਕਿੰਨੀ ਗਲਤ ਗੱਲ ਮੇਰੇ ਕੋਲ ਬਾਹਰ ਹੋ ਗਈ ਆ, ਮੈਂ ਜਦੋਂ ਜਾਣਾ ਆ ਮੇਰੀ ਮਾਂ ਨੂੰ ਜਿੰਨੀ ਮਰਜ਼ੀ ਸੱਟ ਵੱਜੇ ਪਰ ਉਹ ਖਿੜੇ ਮੱਥੇ ਮੇਰੀ ਗੱਲ ਸੁਣ ਲਊਗੀ ਤੇ ਮੈਨੂੰ ਚੰਗੀ ਐਡਵਾਈਸ ਹੀ ਦਊਗੀ। ਤੇ ਜੇ ਬੱਚੀ ਦੇ ਮਨ ਵਿੱਚ ਫੀਅਰ ਆ ਕਿ ਜਦੋਂ ਮੈਂ ਘਰ ਗਈ ਮੇਰੀ ਮੰਮ ਨੂੰ ਪਤਾ ਲੱਗਾ ਤੇ ਮੇਰੇ ਨਾਲ ਆ ਹੋਣਾ ਆ, ਸੋ ਨਹੀਂ ਗੱਲ ਕਰੂਗੀ। ਸਾਡੀ ਜਿਹੜੀ ਕਮਿਊਨੀਕੇਸ਼ਨ ਬਹੁਤ ਅਸੀਂ ਕਹਿੰਦੇ ਹਾਂ ਅਸੀਂ ਓਪਨ ਕਰਦੇ ਹਾਂ, ਪਰ ਜੇ ਅਸੀਂ ਆਪਣੇ ਬੱਚਿਆਂ ਨੂੰ ਪੁੱਛੀਏ ਵੀ ਸੱਚੀ ਸਾਡੀ ਕਮਿਊਨੀਕੇਸ਼ਨ ਓਪਨ ਆ ਤੇ ਉਹ ਤੁਹਾਨੂੰ ਸੱਚ ਦੱਸਣਗੇ। ਰਾਈਟ, ਸੋ ਇਸ ਕਮਿਊਨੀਕੇਸ਼ਨ ਨੂੰ ਓਪਨ ਕਰਨ ਵਾਸਤੇ ਕੀ ਕੀਤਾ ਜਾਵੇ, ਕਿਸ ਤਰ੍ਹਾਂ ਇੱਕ ਮਾਹੌਲ ਕ੍ਰੀਏਟ ਕੀਤਾ ਜਾਵੇ? ਕਿਉਂਕਿ ਮਾਪਿਆਂ ਨੂੰ ਇੱਕ ਹੈਜ਼ੀਟੇਸ਼ਨ ਹੁੰਦੀ ਹੈ ਬੱਚਿਆਂ ਨਾਲ ਗੱਲਬਾਤ ਕਰਨ ਦੀ, ਅਤੇ ਬੱਚੇ ਜਿਹੜੇ ਨੇ ਉਹ ਸਮਝਦੇ ਨੇ ਜਿਸ ਤਰ੍ਹਾਂ ਅਸੀਂ ਪਹਿਲਾਂ ਗੱਲ ਕੀਤੀ ਕਿ ਮਾਪਿਆਂ ਨੂੰ ਕੁਝ ਪਤਾ ਨਹੀਂ ਹੈਗਾ, ਸੋ ਟਕਰਾਅ ਜਿਹੜਾ ਉੱਥੇ ਹੀ ਸ਼ੁਰੂ ਹੋ ਜਾਂਦਾ ਹੈ। ਸੋ ਕਿਵੇਂ ਇੱਕ ਮਾਹੌਲ ਕ੍ਰੀਏਟ ਕੀਤਾ ਜਾਵੇ ਜਿਹਦੇ ਨਾਲ ਕਿ, ਅਤੇ ਕਿਹੜੀ ਉਮਰ ਔਨਵਰਡਸ ਇਹ ਸ਼ੁਰੂ ਹੋ ਜਾਣਾ ਚਾਹੀਦਾ ਹੈ? ਵਿੱਚ ਪਹਿਲੀ ਗੱਲ ਤਾਂ ਹੈਗੀ ਆ, ਜੇ ਤੁਸੀਂ ਆਪਣੇ ਜ਼ਿਮੀਦਾਰ ਭਰਾਵਾਂ ਲਈ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਦੱਸਿਆ ਹੈਗਾ ਕਿ ਕਿਸ ਤਰ੍ਹਾਂ ਖੇਤੀਬਾੜੀ ਕਰਨੀ ਚਾਹੀਦੀ ਆ, ਪਹਿਲਾਂ ਤੁਸੀਂ ਜ਼ਮੀਨ ਨੂੰ ਚੰਗੀ ਤਰ੍ਹਾਂ ਵਾਹੋਗੇ, ਫਿਰ ਜ਼ਮੀਨ ਵਿੱਚ ਬੀਜ ਪਾਓਗੇ, ਫਿਰ ਉਹਦੀ ਜਿਹੜੀ ਇਨਵਾਇਰਮੈਂਟ ਠੀਕ ਹੋਊਗੀ, ਉਹਨੂੰ ਪਾਣੀ ਦਿਉਂਗੇ, ਉਹਨੂੰ ਖਾਦ ਦਿਉਂਗੇ, ਗੁੱਡੋਂਗੇ, ਸਭ ਕੁਛ ਕਰੋਗੇ। ਜੇ ਅਸੀਂ ਇਹੋ ਹੀ ਚੀਜ਼ ਆਪਣੀ ਬੱਚਿਆਂ ਦੀ ਜ਼ਿੰਦਗੀ 'ਚ ਲੈ ਆਈਏ, ਬੱਚਾ ਹੋਣ ਤੋਂ ਪਹਿਲਾਂ ਮਾਂ ਕਿਸ ਤਰ੍ਹਾਂ ਰਹਿ ਰਹੀ ਆ, ਮਾਂ ਦੀ ਕੀ ਸੋਚ ਆ, ਬੱਚਾ ਉਹਨੇ ਕੰਸੀਵ ਕਰ ਲਿਆ ਉਸ ਵੇਲੇ ਮਾਂ ਕੀ ਸੋਚ ਰਹੀ ਆ, ਉਸ ਵੇਲੇ ਮਾਂ ਕੀ ਕਰ ਰਹੀ ਆ, ਉਸ ਵੇਲੇ ਘਰ ਦੇ ਵਿੱਚ ਮਾਹੌਲ ਕਿਸ ਤਰ੍ਹਾਂ ਦਾ, ਉਹ ਸਾਰਿਆਂ ਦਾ ਅੱਜ ਤਾਂ ਸਾਇੰਸ ਦੱਸ ਰਹੀ ਆ, ਜੋ ਪ੍ਰੂਵ ਕਰਦੀ ਹੈ ਕਿ ਸਾਰੀ ਚੀਜ਼ਾਂ ਦਾ ਇੰਪੈਕਟ ਉਸ ਬੱਚੇ ਤੇ ਪੈਂਦਾ ਹੈ। ਹਾਂਜੀ, ਉਸ ਬੱਚੇ ਤੇ ਪੈਂਦਾ, ਫਿਰ ਉਹ ਬੱਚਾ ਹੋ ਜਾਂਦਾ, ਸਾਨੂੰ ਲੱਗਦਾ ਕਿ ਹੁਣ ਬੱਚਾ ਬਹੁਤ ਛੋਟਾ, ਅਸੀਂ ਇਹਨੂੰ ਜਿੱਥੇ ਮਰਜ਼ੀ ਬੇਬੀ ਸਿਟਿੰਗ ਦੇ ਛੱਡ ਦਈਏ, ਜਾਂ ਅਸੀਂ ਦਾਦੀ ਕੋ, ਨਾਨੀ ਕੋ, ਹੋਰ ਕਿਸੇ ਕੋ ਛੱਡ ਕੇ ਅਸੀਂ ਆਹ ਕਰ ਸਕਦੇ, ਕੰਮ ਕਰ ਸਕਦੇ, ਪਹਿਲੇ ਇੰਨੇ ਸਾਲ ਦੌੜ ਭੱਜ ਕਰ ਲਓ, ਬਾਅਦ ਵਿੱਚ ਬੱਚਿਆਂ ਨੇ ਥੋੜ੍ਹੇ ਵੱਡੇ ਹੋਣਾ, ਇਹਨਾਂ ਨੂੰ ਸੁਰਤ ਆਉਣੀ ਆ, ਫਿਰ ਅਸੀਂ ਕਰਾਂਗੇ। ਵਿੱਚ ਇੱਥੇ ਇੱਕ ਸਕੂਲ ਹੈਗਾ ਮੌਂਟੇਸਰੀ ਸਿਸਟਮ, ਉਹ ਦੱਸਦੇ ਆ ਕਿ ਜਿਹੜੇ ਬੱਚੇ ਦੇ ਤੁਹਾਡੇ ਪਹਿਲੇ ਫਿਊ ਈਅਰਸ ਹੈਗੇ, ਹੁਣ ਰਿਸਰਚ ਵੀ ਆ ਰਹੀ ਆ, 3 ਸਾਲ ਤੱਕ ਬੱਚਾ, 5 ਸਾਲ ਤੱਕ ਬੱਚਾ, 7 ਸਾਲ ਤੱਕ ਬੱਚਾ, ਬੱਚੇ ਦਾ ਮਾਇੰਡ ਡਿਵੈਲਪ ਹੋ ਰਿਹਾ, ਬੱਚਾ ਆਪਣੇ ਘਰੋਂ ਆਲੇ ਦੁਆਲੇ ਸਭ ਕੁਛ, ਈਵਨ ਅਸੀਂ ਹਸਬੈਂਡ ਵਾਈਫ ਆਪਸ 'ਚ ਬਿਹੇਵ ਕਿੱਦਾਂ ਕਰਦੇ ਹਾਂ, ਅਸੀਂ ਦੂਜੇ ਬੱਚਿਆਂ ਨਾਲ ਕਿੱਦਾਂ, ਆਪਣੇ ਘਰ ਦੇ ਜਿਹੜੇ ਓਲਡਰ ਪੇਰੈਂਟਸ ਘਰ ਬੈਠੇ, ਦਾਦੀ ਦਾਦਾ, ਨਾਨੀ ਨਾਨਾ, ਉਹਨਾਂ ਨਾਲ ਕੀ ਕਰ ਰਹੇ ਹਾਂ, ਜਾਂ ਜਿਹੜਾ ਸਾਡੇ ਘਰ ਵਿੱਚ ਕੋਈ ਆ ਰਿਹਾ ਉਹਨੂੰ ਅਸੀਂ ਕਿਸ ਤਰ੍ਹਾਂ, ਉਹ ਸਾਰਾ ਇਫੈਕਟ ਬੱਚੇ 'ਤੇ ਪੈ ਰਿਹਾ। ਫਿਰ ਉਸ ਤੋਂ ਬਾਅਦ ਬੱਚੇ ਦੀ ਸਕੂਲਿੰਗ ਸ਼ੁਰੂ ਹੋ ਜਾਂਦੀ ਆ, ਬੱਚਾ ਸਕੂਲ 'ਚ ਜਾ ਰਿਹਾ ਕਿਹੜੇ ਟੀਚਰਸ ਨਾਲ, ਉਹਨਾਂ ਦਾ ਆਪਸ ਵਿੱਚ ਰਿਲੇਸ਼ਨਸ਼ਿਪ ਕਿੱਦਾਂ ਹੈਗਾ, ਮਾਂ ਬਾਪ ਨੂੰ ਤਾਂ ਕੁਛ ਨਹੀਂ ਪਤਾ, ਰਿਪੋਰਟ ਕਾਰਡ ਜਦੋਂ ਆਉਂਦੀ ਆ ਉਹ ਤਾਂ ਜਸਟ ਗ੍ਰੇਡਸ ਹੁੰਦੀਆਂ ਨਾ, ਬਾਕੀ ਬੱਚਾ ਸਕੂਲ ਵਿੱਚ ਬਾਕੀ ਬੱਚਿਆਂ ਨਾਲ ਕਿਸ ਤਰ੍ਹਾਂ ਹੈਗਾ ਆ ਉਹ ਕਹਿੰਦੇ, ਸਾਰਾ ਕੁਛ ਦੇਖਣਾ ਹੈਗਾ। ਉਸ ਤੋਂ ਬਾਅਦ ਜਿਹੜੇ ਸ਼ਾਮ ਨੂੰ ਬੱਚਾ ਸਪੋਰਟਸ ਵਿੱਚ ਜਾਂਦਾ ਆ, ਜਾਂ ਸ਼ਾਮ ਨੂੰ ਅਸੀਂ ਉਹਨੂੰ ਕਿਸੇ ਕੀਰਤਨ ਕਲਾਸ ਵਿੱਚ ਪਾਇਆ, ਜਾਂ ਕੋਈ ਗੁਰਬਾਣੀ 'ਚ, ਜਾਂ ਸ਼ਾਮ ਨੂੰ ਸਾਡੇ ਪਰਿਵਾਰ ਦਾ ਕੀ ਮਾਹੌਲ ਆ, ਅਸੀਂ ਸਾਡੀ ਜਿਹੜੀ ਸ਼ਾਮ ਆ ਆਫਟਰ ਵਰਕ ਉਹ ਕਿਸ ਤਰ੍ਹਾਂ ਨਿਕਲ ਰਹੀ ਹੈਗੀ ਆ, ਬੈੱਡ 'ਚ ਅਸੀਂ ਬੱਚੇ ਨੂੰ ਕਿਸ ਤਰ੍ਹਾਂ ਪਾ ਰਹੇ ਹਾਂ, ਸਭ ਤੋਂ ਵੱਡਾ ਅਸੀਂ ਬੱਚੇ ਨੂੰ ਖਾਣਾ ਜਾਂ ਬੱਚੀ ਨੂੰ ਖਾਣਾ ਕੀ ਦੇ ਰਹੇ ਹੈਗੇ ਆ, ਅਸੀਂ ਆਪ ਕੀ ਖਾ ਰਹੇ ਹਾਂ, ਸਾਰੀਆਂ ਚੀਜ਼ਾਂ ਦਾ ਇੰਪੈਕਟ ਉਹ ਬੱਚੇ ਦੇ ਮਨ ਤੇ ਪੈ ਰਿਹਾ ਹੈ, ਬੱਚੇ ਤੇ ਉਹ ਦੇਖ ਰਿਹਾ, ਆਬਜ਼ਰਵ ਕਰ ਰਿਹਾ ਹੈ, ਉਸੇ ਤਰੀਕੇ ਨਾਲ ਬਾਅਦ ਦੇ ਵਿੱਚ ਰਿਐਕਸ਼ਨ, ਬੱਚੇ ਦਾ ਜਿਹੜਾ ਘਰ ਹੀ ਉਹਦਾ ਸਕੂਲ ਆ, ਉਹ ਵੀ ਇੱਕ ਸਕੂਲ ਹੈ, ਐਬਸੋਲੂਟਲੀ, ਲੇਕਿਨ ਘਰ ਜਿਹੜਾ ਹੈ ਉਸ ਨੂੰ ਕਿਵੇਂ, ਉਹ ਸਕੂਲ ਤੇ ਸਕੂਲ ਜਿਹੜਾ ਉਹ ਕਿਵੇਂ ਉਸ ਦੇ ਵਿੱਚ ਇਹ ਘਰ ਦੇ ਜਿਹੜੇ ਸੰਸਕਾਰ ਨੇ ਉਹ ਉੱਥੇ ਟ੍ਰਾਂਸਲੇਟ ਹੋ ਸਕਦੇ ਨੇ, ਤੇ ਕਿਵੇਂ ਟ੍ਰਾਂਸਫਰ, ਪਤਾ ਹੀ ਨਹੀਂ ਲੱਗਦਾ ਸਾਲਾਂ ਦੇ ਸਾਲ ਕਦੋਂ ਗੁਜ਼ਰ ਜਾਂਦੇ ਆ, ਲਾਈਫ ਇੰਨੀ ਫਾਸਟ ਜਾ ਰਹੀ ਹੈਗੀ ਆ, ਪਤਾ ਹੀ ਨਹੀਂ ਲੱਗਦਾ ਕਿ ਬੱਚੇ ਜਵਾਨ ਹੋ ਕੇ ਸਾਡੇ ਸਾਹਮਣੇ ਕਦੋਂ ਖੜੇ ਹੋ ਜਾਂਦੇ ਆ। ਫਿਰ ਅਸੀਂ ਕਹਿੰਦੇ ਹਾਂ ਵੀ ਓ ਮਾਈ ਗੋਡ, ਅਸੀਂ ਇਹਨਾਂ ਨੂੰ ਆ ਵੀ ਕਰਾਉਣਾ ਸੀ,
ਆਵੀ ਕਰੋਨਾ ਸੀ ਆਵੀ ਕਰੋਨਾ ਸੀ ਜਿਹੜਾ ਸਾਡੇ ਕੋਲ ਕੁਝ ਹੁਣ ਹੋ ਨਹੀਂ ਪਾਇਆ ਬਿਲਕੁਲ ਭੈਣ ਜੀ ਉਹੀ ਸਮਾਂ ਇੰਨੀ ਤੇਜ਼ੀ ਨਾਲ ਚੱਲ ਰਿਹਾ ਹੈ ਲੇਕਿਨ ਉਹਦੇ ਵਿੱਚ ਜਿਹੜੇ ਬਹੁਤ ਸਾਰੀਆਂ ਕਲਾਸਿਸ ਦੇ ਜਿਹੜਾ ਤੁਸੀਂ ਕੀਤਾ ਅੱਜ ਦੇਖ ਰਹੇ ਕਿ ਬੱਚਿਆਂ ਨੇ ਆਪਣੇ ਕਲਚਰ ਨਾਲ ਜੋੜਨ ਲਈ ਧਰਮ ਨਾਲ ਜੋੜਨ ਲਈ ਬਹੁਤ ਸਾਰੀਆਂ ਕਲਾਸਿਸ ਬੱਚਿਆਂ ਨੂੰ ਕਰਵਾ ਰਹੇ ਨੇ ਪਰ ਉਸਦੇ ਬਾਵਜੂਦ ਜਿਹੜਾ ਉਹ ਰਿਜ਼ਲਟ ਚਾਹੁੰਦੇ ਅਸੀਂ ਉਹ ਨਹੀਂ ਨਜ਼ਰ ਆ ਰਿਹਾ ਕਿਉਂ ਨਹੀਂ ਆ ਰਿਹਾ ਇਹਦੇ ਬਾਰੇ ਗੱਲ ਕਰਨੇ ਆ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਠੀਕ ਹੈ ਜੀ ਕੀ ਤੁਸੀਂ ਕਰਜ਼ੇ ਦੇ ਬੋਝ ਹੇਠ ਦੱਬੇ ਹੋ ਸਮਝ ਨਹੀਂ ਆਉਂਦਾ ਕੀ ਕਰੋ ਫਾਈਨੈਂਸ਼ੀਅਲ ਪ੍ਰੋਬਲਮਸ ਤੁਹਾਡੀ ਫੈਮਿਲੀ ਲਾਈਫ ਦੇ ਉੱਤੇ ਮਾੜਾ ਅਸਰ ਪਾ ਸਕਦੀਆਂ ਹਨ ਜੇ ਤੁਸੀਂ ਇਸ ਮੁਸ਼ਕਲ 'ਚ ਹੋ ਤਾਂ ਅਸੀਂ ਤੁਹਾਡੀ ਮਦਦ ਕਰ ਸਕਦੇ ਹਾਂ ਅਸੀਂ ਤੁਹਾਡੇ ਕਰਜ਼ੇ ਨੂੰ ਵੱਧ ਤੋਂ ਵੱਧ ਕਢਾ ਕੇ ਰਹਿੰਦੀ ਰਕਮ ਨੂੰ ਇੰਟਰਸਟ ਫ੍ਰੀ ਕਿਸ਼ਤਾਂ 'ਚ ਬਦਲ ਸਕਦੇ ਹਾਂ ਅਸੀਂ ਤੁਹਾਨੂੰ ਕਰਜ਼ੇ ਤੋਂ ਮੁਕਤ ਕਰਾ ਕੇ ਨਵੀਂ ਜ਼ਿੰਦਗੀ ਜੀਣ ਵਿੱਚ ਤੁਹਾਡੀ ਮਦਦ ਕਰ ਸਕਦੇ ਹਾਂ 1-866-790-8984 ਬਿਜ਼ਨਸ ਸੋਲੂਸ਼ਨਸ ਤੁਹਾਡੀ ਪਰੇਸ਼ਾਨੀ ਵਿੱਚ ਤੁਹਾਡਾ ਸਾਥੀ ਬੱਚਿਆਂ ਅਤੇ ਮਾਪਿਆਂ ਦੇ ਵਿਚਕਾਰ ਕਿਵੇਂ ਇੱਕ ਬਿਹਤਰ ਰਿਸ਼ਤਾ ਜਿਹੜਾ ਹੈ ਕਾਇਮ ਕੀਤਾ ਜਾ ਸਕਦਾ ਅਤੇ ਖਾਸ ਤੌਰ ਉੱਤੇ ਮਾਵਾਂ ਦਾ ਇਹਦੇ 'ਚ ਕੀ ਰੋਲ ਹੁੰਦਾ ਹੈ ਇਸ ਸੰਬੰਧ ਵਿੱਚ ਗੱਲਬਾਤ ਚੱਲ ਰਹੀ ਸੀ ਬ੍ਰੇਕ ਤੋਂ ਪਹਿਲਾਂ ਇੰਦਰਜੀਤ ਕੌਰ ਬਾਸੀ ਜੀ ਨਾਲ ਆਓ ਹੋਰ ਇਨਫੋਰਮੇਸ਼ਨ ਲੈਣੇ ਕਿ ਕਿਵੇਂ ਘਰੋਂ ਇਹ ਚੀਜ਼ ਸਟਾਰਟ ਕੀਤੀ ਜਾਏ ਅਤੇ ਕਿਉਂ ਇਹ ਸਾਰਾ ਜਿਹੜਾ ਕ੍ਰਾਈਸਿਸ ਹੈਗਾ ਇਸ ਦੇ ਵਾਸਤੇ ਅਸੀਂ ਸਪਿਰਚੁਅਲਿਟੀ ਦਾ ਸਹਾਰਾ ਲੈ ਕੇ ਕਿਵੇਂ ਉਸ ਤੋਂ ਕੁਛ ਨਾ ਕੁਛ ਬਚਾਵ ਕਰ ਸਕਦੇ ਹਾਂ ਸੋ ਇੱਕ ਜਿਹੜੀ ਤੁਸੀਂ ਗੱਲ ਕੀਤੀ ਸੀ ਕਿ ਬੱਚਿਆਂ ਨੂੰ ਕਲਾਸਿਸ ਵਿੱਚ ਪਾਇਆ ਜਾ ਰਿਹਾ ਮੈਂ ਜਿਸ ਤਰ੍ਹਾਂ ਕਿਹਾ ਸੀ ਕੀਰਤਨ ਵੀ ਕਰਵਾਇਆ ਜਾ ਰਿਹਾ ਹੈ ਗੁਰਦੁਆਰੇ ਵੀ ਲਿਜਾਇਆ ਜਾ ਰਿਹਾ ਹੈ ਕਲਚਰ ਨਾਲ ਵੀ ਜੋੜਨ ਲਈ ਕੁਝ ਨਾ ਕੁਝ ਕਰਵਾਇਆ ਜਾ ਰਿਹਾ ਪਰ ਉਸਦੇ ਬਾਵਜੂਦ ਲਿੰਕ ਵੈਲਿਊ ਦੀ ਜਿਹੜੀ ਗੱਲ ਉਹ ਮਿਸਿੰਗ ਇੱਕ ਜਿਹੜਾ ਹੈ ਨਾ ਜੀ ਉਹ ਨਜ਼ਰ ਨਹੀਂ ਆ ਰਿਹਾ ਹੈਗਾ ਹੁਣ ਫੋਕਸ ਜਿਹੜਾ ਅੱਜ ਦੇ ਇਸ ਯੁੱਗ ਵਿੱਚ ਕਿਸ ਤਰ੍ਹਾਂ ਤੁਸੀਂ ਕਿਹਾ ਸੀ ਸਮਾਂ ਇੰਨੀ ਤੇਜ਼ੀ ਨਾਲ ਚੱਲ ਰਿਹਾ ਪਤਾ ਹੀ ਨਹੀਂ ਲੱਗਦਾ ਦਿਨ ਕਦੋਂ ਹੁੰਦਾ ਰਾਤ ਕਦੋਂ ਹੋਈ ਅਤੇ ਬੱਚੇ ਵੀ ਜਵਾਨ ਹੋ ਜਾਂਦੇ ਅਤੇ ਫਿਰ ਬੰਦਾ ਕਹਿੰਦਾ ਯਾਰ ਇਹ ਕੀ ਹੋ ਗਿਆ ਮੈਨੂੰ ਕਰਨਾ ਚਾਹੀਦਾ ਸੀ ਕੁਝ ਉਸ ਸਮੇਂ ਸੰਸਕਾਰ ਕਿਸ ਤਰੀਕੇ ਨਾਲ ਵੈਲਿਊ ਸਿਸਟਮ ਜਿਹੜੀ ਅਸੀਂ ਗੱਲ ਕਰਨੀ ਉਹ ਕਿਵੇਂ ਕ੍ਰੀਏਟ ਕੀਤੀ ਜਾਵੇ ਜਿਹਦੇ ਨਾਲ ਕਿ ਬੱਚੇ ਨੂੰ ਵੀ ਪਤਾ ਹੋਏ ਅਤੇ ਪੇਰੈਂਟਸ ਨੂੰ ਵੀ ਪਤਾ ਹੋਏ ਕਿ ਅਸੀਂ ਆਪਣਾ ਕੰਮ ਕਰ ਦਿੱਤਾ ਬਾਕੀ ਆਫਕੋਰਸ ਗਰੰਟੀ ਕਿਸੇ ਚੀਜ਼ ਦੀ ਨਹੀਂ ਪਰ ਇੱਕ ਫਰਟਾਈਲ ਗਰਾਊਂਡ ਤਾਂ ਕ੍ਰੀਏਟ ਕੀਤਾ ਜਾ ਸਕਦਾ ਜਿਸ ਤਰ੍ਹਾਂ ਤੁਸੀਂ ਕਿਸਾਨ ਦਾ ਇੱਕ ਐਗਜ਼ਾਮਪਲ ਦਿੱਤਾ ਸੀ ਉਹਦਾ ਕੰਮ ਹੈ ਇੱਕ ਫਰਟਾਈਲ ਗਰਾਊਂਡ ਕ੍ਰੀਏਟ ਕਰਕੇ ਸੀਡਸ ਪਾ ਦੇਣੀਆਂ ਕੀ ਉੱਗਦਾ ਹੈ ਇਨਵਾਇਰਮੈਂਟ ਕੀ ਹੁੰਦਾ ਉਸ ਨੂੰ ਕੁਝ ਨਹੀਂ ਪਤਾ ਸੋ ਉਹਦੇ ਵਾਸਤੇ ਕਿਵੇਂ ਕੰਮ ਕੀਤਾ ਜਾਏ ਕਿਉਂਕਿ ਅੱਜ ਬਹੁਤ ਸਾਰੇ ਸਾਡੀ ਅਕੈਡਮੀਜ਼ ਖੁੱਲੀਆਂ ਨੇ ਬਹੁਤ ਸਾਰੇ ਐਸੇ ਕੁਝ ਕੰਮ ਹੋ ਰਿਹਾ ਪਰ ਉਹ ਨਜ਼ਰ ਨਹੀਂ ਆ ਰਿਹਾ ਉਹ ਵੈਲਿਊਜ਼ ਨੂੰ ਕਿਵੇਂ ਇੰਸਟਾਲ ਕੀਤਾ ਜਾਵੇ ਸਭ ਤੋਂ ਪਹਿਲਾਂ ਤਾਂ ਜਿੱਥੇ ਵੀ ਕੋਈ ਚੀਜ਼ ਖੁੱਲ੍ਹਦੀ ਜਾਂ ਕੋਈ ਕੁਛ ਕਰ ਰਿਹਾ ਜਿਹੜੇ ਸਾਡੇ ਟੀਚਰਸ ਆ ਜਿਹੜਾ ਵੀ ਕੋਈ ਮੋਹਰਿਆਂ ਦਾ ਉਹ ਕਿੰਨੇ ਹਾਈ ਕੈਲੀਬਰ ਦੇ ਆ ਜੀ ਕੀ ਪੇਰੈਂਟਸ ਨੂੰ ਪਤਾ ਹੈ ਇੰਟੈਂਸ਼ਨ ਕੀ ਹੈ ਪਿੱਛੇ ਉਹਨਾਂ ਦੀ ਇੰਟੈਂਸ਼ਨ ਕੀ ਹੈਗਾ ਪੈਸਾ ਹੀ ਆ ਨਾ ਸਭ ਕੁਝ ਰਾਈਟ ਜੇ ਤੁਸੀਂ ਕਿਸੇ ਬੱਚੇ ਨੂੰ ਕੀਰਤਨ ਸਿੱਖਣ ਪਾਉਂਦੇ ਆ ਤੇ ਜਿਹੜਾ ਕੀਰਤਨੀ ਆ ਟੀਚਰ ਆ ਉਹ ਜਿਹੜਾ ਸ਼ਬਦ ਸਿਖਾ ਰਿਹਾ ਉਹਦੀ ਆਪਣੀ ਜ਼ਿੰਦਗੀ ਕਿੱਥੇ ਖੜੀ ਆ ਤੁਸੀਂ ਨਹੀਂ ਦੇਖਣਾ ਤੁਹਾਡੇ ਬੱਚੇ ਨੇ ਦੇਖ ਲੈਣਾ ਉਹ ਕਹਿੰਦੇ ਛੱਡੋ ਪਰੇ ਤਾਂ ਸਭ ਲਿਪ ਸਰਵਿਸ ਹੋ ਰਹੀ ਹੈਗੀ ਆ ਜਾਂ ਗੁਰਦੁਆਰੇ ਜਾਂਦਾ ਬੱਚਾ ਜਾਂ ਕਿਤੇ ਵੀ ਜਾਂਦਾ ਬੱਚੇ ਨੂੰ ਸਾਡੇ ਨਾਲ ਉਹ ਸਾਨੂੰ ਨਹੀਂ ਲੱਗਦਾ ਪਰ ਉਸ ਬੱਚੇ ਨੂੰ ਜਾਂ ਬੱਚੀ ਨੂੰ ਸਾਡੇ ਨਾਲੋਂ ਬਹੁਤ ਜ਼ਿਆਦਾ ਅਵੇਅਰਨੈਸ ਹੈਗੀ ਆ ਕਿਉਂਕਿ ਉਹ ਸ਼ਾਰਪ ਆ ਉਹ ਫਰੀ ਆ ਬਾਕੀ ਹੋਰਨਾਂ ਗੱਲਾਂ ਤੋਂ ਜਿਹੜੀਆਂ ਸਾਡੇ 'ਤੇ ਜ਼ਿੰਮੇਵਾਰੀਆਂ ਪਈਆਂ ਹੁੰਦੀਆਂ ਉਹ ਉਸ ਚੀਜ਼ ਨੂੰ ਬਹੁਤ ਜਲਦੀ ਚੱਕ ਲੈਂਦੇ ਹੈਗੇ ਆ ਉਹ ਕਹਿੰਦੇ ਕੁਛ ਆ ਕਰਦੇ ਕੁਛ ਹੈਗੇ ਆ ਜਿੰਨੀ ਦੇਰ ਅਸੀਂ ਹਰ ਸੰਸਥਾ ਵਿੱਚ ਹਾਈ ਕੈਲੀਬਰ ਦੇ ਲੋਕ ਨਹੀਂ ਰੱਖੇ ਅਸੀਂ ਹਰ ਚਾਹੁੰਦੇ ਹਾਂ ਕਿ ਇੱਥੇ ਵੀ ਜਿੱਥੇ $50 ਦੇਣੇ ਪੈਣੇ ਸਾਡਾ $5 ਨਾ ਸਰਚ ਅਤੇ ਬਾਅਦ ਵਿੱਚ ਉਹ ਸਾਡਾ ਪੈਸਾ ਜੋੜਿਆ ਜਿਹੜਾ ਆ ਗਲਤ ਜਗ੍ਹਾ 'ਤੇ ਫਿਰ ਜਾਂਦਾ ਹੈ ਜੇ ਪਹਿਲਾਂ ਤੋਂ ਹੀ ਅਸੀਂ ਇਹ ਸੋਚੀਏ ਕਿ ਜਿਹੜੀ ਸਾਡੀ ਦਸਵੰਧ ਆ ਉਹ ਅਸੀਂ ਆਪਣੇ ਬੱਚਿਆਂ 'ਤੇ ਲਾਈਏ ਉਹ ਅਸੀਂ ਇਹਨਾਂ ਦੀ ਜ਼ਿੰਦਗੀ ਸਵਾਰਨ ਨੂੰ ਲਾ ਦਈਏ ਅਤੇ ਬਾਅਦ 'ਚ ਸਾਨੂੰ ਕੋਈ ਰਿਗਰੈਟ ਨਹੀਂ ਹੋਊਗਾ ਦੂਸਰੀ ਗੱਲ ਹੈਗਾ ਜਿਹੜਾ ਕਿ ਇਹ ਸਾਰਾ ਕੁਛ ਅਸੀਂ ਬਾਹਰੋਂ ਵੀ ਕਰਦੇ ਹੈਗੇ ਪਰ ਡੇਲੀ ਬੇਸ 'ਤੇ ਅਸੀਂ ਆਪਣੇ ਬੱਚਿਆਂ ਨਾਲ ਕਿੰਨੀ ਕੁ ਓਪਨਲੀ ਗੱਲਾਂ ਕਰਦੇ ਹਾਂ ਚਾਹੇ ਉਹਦਾ ਉਹ ਸਪੋਰਟਸ ਵਿੱਚ ਹੋਵੇ ਚਾਹੇ ਉਹਦਾ ਮਿਊਜ਼ਿਕ 'ਚ ਹੋਵੇ ਚਾਹੇ ਉਹਦਾ ਸਕੂਲ ਦਾ ਗੱਲ ਹੋਵੇ ਐਵਰੀ ਸਿੰਗਲ ਡੇ ਆਉਂਦੇ ਜਾਂਦੇ ਘਰ ਬਹਿੰਦੇ ਅਸੀਂ ਉਹਨਾਂ ਨਾਲ ਕਿੰਨੀਆਂ ਕੁ ਓਪਨ ਗੱਲਾਂ ਕਰਦੇ ਹਾਂ ਹੁਣ ਜਿੱਦਾਂ ਤੁਸੀਂ ਇੱਕ ਇਗਜ਼ਾਮਪਲ ਲੈ ਲਓ ਕਿ ਅਸੀਂ ਆਪਣੀਆਂ ਬੱਚਿਆਂ ਨਾਲ ਰਿਲੇਸ਼ਨਸ਼ਿਪ ਦੀ ਗੱਲ ਕਿੰਨੀ ਕੁ ਓਪਨਲੀ ਕਰਦੇ ਹਾਂ ਔਰ ਕਿਹੜੀ ਏਜ ਤੋਂ ਸ਼ੁਰੂ ਕਰ ਦਿੰਦੇ ਹਾਂ ਹਰ 2-4 ਸਾਲ ਬਾਅਦ ਹੋਰ ਛੋਟੀ ਏਜ ਵੱਲ ਨੂੰ ਜਾਣਾ ਪਊਗਾ ਕਿਉਂਕਿ ਅੱਜ ਕੱਲ੍ਹ ਬੱਚੇ ਇੰਨੀ ਯੰਗ ਏਜ ਵਿੱਚ ਸਾਰਾ ਕੁਛ ਪਿਕਅਪ ਕਰ ਲੈਂਦੇ ਉਹਨਾਂ ਨੂੰ ਇੰਨਾ ਕੁਛ ਇਨਫੋਰਮੇਸ਼ਨ ਮਿਲ ਜਾਂਦੀ ਆ ਜਿਹੜੀ ਘਰ ਬੈਠੀ ਮਾਂ ਸੋਚ ਹੀ ਨਹੀਂ ਸਕਦੀ ਕਿ ਮੇਰੀ 10 ਸਾਲ ਦੀ ਬੱਚੀ ਨੂੰ ਆਹ ਵੀ ਪਤਾ ਆ ਸੋ ਜਿੰਨੀ ਅਸੀਂ ਯੰਗ ਏਜ ਵਿੱਚੋਂ ਆਪਣੀਆਂ ਬੱਚਿਆਂ ਨੂੰ ਉਹਨਾਂ ਗੱਲਾਂ ਬਾਰੇ ਟ੍ਰੇਨਿੰਗ ਦੇਣ ਲੱਗ ਪਵਾਂਗੇ ਉਨਾ ਹੀ ਉਹਨਾਂ ਕੋਲ ਮੋਰ ਅਵੇਅਰਨੈਸ ਹੋਊਗੀ ਇੱਕ ਪਾਸੇ ਤਾਂ ਸਾਡੀ ਸੁਸਾਇਟੀ ਕਹਿੰਦੀ ਆ ਕਿ ਸਾਡੇ ਬੱਚਿਆਂ ਨੂੰ ਪੂਰੀ ਫਰੀਡਮ ਹੈਗੀ ਆ ਬੱਚਿਆਂ ਨੂੰ ਔਰ ਬੱਚੀਆਂ ਨੂੰ ਬੇਟੀਆਂ ਨੂੰ ਵੀ ਕਿ ਉਹ ਜਿਹਨੂੰ ਮਰਜ਼ੀ ਚੂਜ਼ ਕਰ ਲੈਣ ਅਤੇ ਦੂਜੇ ਪਾਸੇ ਸਾਡੀ ਸੁਸਾਇਟੀ ਕਹਿੰਦੀ ਆ ਕਿ ਜਦੋਂ ਕਿਸੇ ਬੱਚੇ ਦਾ ਰਿਸ਼ਤਾ ਇਹਨੇ ਆਪੇ ਹੀ ਲੱਭ ਲਿਆ ਇਹਦਾ ਆਪੇ ਹੀ ਹੋ ਗਿਆ ਇਹਦੇ ਕੋਲ ਪਹਿਲਾਂ ਹੀ ਮੁੰਡਾ ਸੀ ਅਸੀਂ ਜਿਸ ਬੱਚਿਆਂ ਦੇ ਵਿਆਹ ਹੁੰਦੇ ਆ
उन्होंने आनंद कार्ज से जाके उन्होंने ही प्रशादा छक के रिसैप्शन से जाके उन्होंने गल्लां करके आने सो साडी अपनी सोच कित्थे खड़ी आ उह साडियां बच्चियां भी नाल बैठियां सुणदियां हैगियां सारा कुछ राइट राइट एंड इहदे विच इक होर जिहड़ी होर वड्डी समस्या इह आ रही कि हुण तां ਇਹ ਰਿਲੇਸ਼ਨਸ਼ਿਪ ਤੋਂ ਵੀ ਅੱਗੇ ਗੱਲ ਚਲੇਗੀ ਕਿ ਹੁਣ ਤਾਂ ਬੱਚੇ ਜਿਹੜੇ ਨੇ ਉਹ ਕਈ ਇਹ ਵੀ ਬਹੁਤ ਆਦ ਕਈ ਵਾਰੀ ਸੁਣਨ ਨੂੰ ਮਿਲਦਾ ਹੈ ਜਿਹੜਾ ਕੈਰੀਅਰ ਨੂੰ ਇਸਟੈਬਲਿਸ਼ ਕਰਨ ਲਈ ਬੱਚੀਆਂ ਜਿਹੜੀਆਂ ਨੇ 30-30 35-35 ਸਾਲ 40 ਸਾਲ ਤੱਕ ਵੀ ਵਿਆਹ ਨਹੀਂ ਹੋ ਰਹੇ ਆਨੰਦ ਕਾਰਜ ਨਹੀਂ ਹੋ ਰਿਹਾ ਸੋ ਉਹਦੇ ਪ੍ਰਤੀ ਵੀ ਜੇਕਰ ਉਹ ਬੱਚੇ ਦੇ ਵਿੱਚ ਇੱਕ ਅਹਿਸਾਸ ਪਾਇਆ ਜਾਏ ਕਿ ਹਰ ਚੀਜ਼ ਕੰਪਲੀਮੈਂਟਰੀ ਹੈਗੀ ਇੱਕ ਕੈਰੀਅਰ ਵੀ ਚਾਹੀਦਾ ਹੈ ਫੈਮਿਲੀ ਲਾਈਫ ਵੀ ਚਾਹੀਦੀ ਹੈ ਸਪਿਰਚੁਅਲਿਟੀ ਵੀ ਚਾਹੀਦੀ ਹੈ ਇਹ ਕੋਈ ਕੰਪਾਰਟਮੈਂਟਲਾਈਜ਼ ਨਹੀਂ ਹੈਗਾ ਬੈਲੈਂਸਡ ਬੈਲੈਂਸ ਚਾਹੀਦਾ ਦੂਸਰੀ ਗੱਲ ਇਹ ਵੀ ਵੀਰ ਜੀ ਸਾਡੀ ਸੋਚ ਸਾਡੀ ਵੀ ਤਾਂ ਖਰਾਬ ਹੋ ਚੁੱਕੀ ਨਾ ਅਸੀਂ ਵੀ ਇਹਨੂੰ ਐਜ਼ ਅ ਕਮਿਊਨਿਟੀ ਲੈਵਲ ਤੇ ਕੰਮ ਨਹੀਂ ਕਰ ਰਹੇ ਹੈਗੇ ਸਾਨੂੰ ਲੱਗਦਾ ਦੂਜੇ ਦੀ ਭੈਣ ਦੂਜੇ ਦੀ ਆ ਰਾਈਟ ਦੂਜੇ ਦੀ ਧੀ ਦੂਜੇ ਦੀ ਮੇਰੀ ਮੇਰੀ ਸਾਨੂੰ ਇਹ ਨਹੀਂ ਲੱਗਦਾ ਕਿ ਅਸੀਂ ਸਾਰੇ ਇੱਕ ਹੈਗੇ ਬਿਲਕੁਲ ਇੰਟਰਕਨੈਕਸ਼ਨ ਜਿਹੜਾ ਉਹ ਅਸੀਂ ਭੁੱਲ ਚੁੱਕੇ ਹਾਂ ਹਾਂਜੀ ਉਹ ਭੁੱਲ ਚੁੱਕੇ ਹੈਗੇ ਆ ਸੋ ਜਦੋਂ ਅਸੀਂ ਇਸ ਤਰ੍ਹਾਂ ਕੰਮ ਨਹੀਂ ਕਰਦੇ ਹੈਗੇ ਸਾਡਾ ਪੰਥਕ ਵੀ ਨਹੀਂ ਕੁਝ ਹੋ ਰਿਹਾ ਰਾਈਟ ਆਪਣੇ ਘਰਾਂ ਵਿੱਚ ਅਸੀਂ ਜਿੰਨਾ ਵੀ ਕਰ ਸਕਦੇ ਹਾਂ ਦੂਜੀ ਗੱਲ ਹੈ ਸਾਨੂੰ ਹਮੇਸ਼ਾ ਬਾਹਰੋਂ ਵੀ ਗਾਈਡੈਂਸ ਲੈਣ ਦੀ ਲੋੜ ਪੈਂਦੀ ਹੈਗੀ ਆ ਅਸੀਂ ਕਿਹਨੂੰ ਪੁੱਛਦੇ ਹਾਂ ਕਦੋਂ ਪੁੱਛਦੇ ਹਾਂ ਜਿੱਦਾਂ ਹੁਣੇ ਮੇਰੇ ਕੋਲ ਇੱਕ ਆਈ ਸੀ ਗੱਲ ਉਹ ਕਹਿੰਦੇ ਜੀ ਕਿ ਉਹਨਾਂ ਦੀ ਬੇਟੀ ਦੀ ਤਾਂ ਮਦਰ ਦੀ ਆਪਸ 'ਚ ਗੱਲ ਸੀਗੀ ਮੈਂ ਕਿਹਾ ਤੁਹਾਨੂੰ ਬੈਟਰ ਆ ਇਹਦੇ ਫਾਦਰ ਨੂੰ ਵੀ ਪਤਾ ਹੋਣਾ ਚਾਹੀਦਾ ਸਾਰਾ ਕੁਛ ਕਿ ਬੇਟੀ ਇਸ ਕਾਸੇ ਦੇ ਥਰੂ ਜਾ ਰਹੀ ਆ ਉਹ ਕਹਿੰਦੇ ਜੀ ਹੋ ਹੀ ਨਹੀਂ ਸਕਦਾ ਇੱਕ ਵਾਰੀ ਫਾਦਰ ਨੂੰ ਪਤਾ ਲੱਗਿਆ ਸਾਡਾ ਹੀ ਰਿਲੇਸ਼ਨ ਟੁੱਟ ਜਾਣਾ ਸੋ ਜੇ ਪਹਿਲਾਂ ਸਾਡਾ ਰਿਲੇਸ਼ਨ ਇਸ ਬੇਸ 'ਤੇ ਖੜਾ ਆ ਹਸਬੈਂਡ ਵਾਈਫ ਦਾ ਰਿਲੇਸ਼ਨ ਇਸ ਬੇਸ 'ਤੇ ਆ ਕਿ ਜੇ ਸਾਰਾ ਕੁਛ ਠੀਕ ਚੱਲੀ ਜਾਓ ਫਿਰ ਮੈਂ ਤੇਰਾ ਹਸਬੈਂਡ ਆ ਰਾਈਟ ਜੇ ਕੋਈ ਪ੍ਰੋਬਲਮ ਆਈ ਤਾਂ ਫਿਰ ਬਲੇਮ ਗੇਮ ਸ਼ੁਰੂ ਹੋ ਗਈ ਕਿ ਕਿਉਂ ਨਹੀਂ ਤੂੰ ਕੀਤਾ ਕੁਛ ਜਾਂ ਵਾਈਫ ਹਸਬੈਂਡ ਨੂੰ ਕਰ ਲੱਗ ਪੈਂਦੀ ਜਾਂ ਹਸਬੈਂਡ ਵਾਈਫ ਨੂੰ ਕਰ ਲੱਗ ਪੈਂਦੀ ਜਾਂ ਨਾਨਕਿਆਂ ਦਾਦਕਿਆਂ ਨੂੰ ਅਸੀਂ ਕਰਨ ਲੱਗ ਪਈਦਾ ਜਾਂ ਹੋਰ ਕੁਛ ਨਾ ਕੁਛ ਸਾਨੂੰ ਇਹ ਨਹੀਂ ਹੈਗਾ ਕਿ ਸਾਡੇ ਸਾਰਿਆਂ ਦੀ ਆ ਸਾਰਿਆਂ ਨੇ ਅਸੀਂ ਇਕੱਠੇ ਹੋ ਕੇ ਇਸ ਗੱਲ ਨੂੰ ਨਜਿੱਠਣਾ ਹੈਗਾ ਪੇਸ਼ੈਂਸ ਅਵੇਅਰਨੈਸ ਦੀ ਜਿਹੜੀ ਤੁਸੀਂ ਗੱਲ ਕਰ ਰਹੇ ਸੀ ਇਹ ਵੀ ਇੱਕ ਔਰਤ 'ਚ ਜੋ ਝਲਕਦਾ ਸੀ ਇੱਕ ਮਾਂ 'ਚੋਂ ਅੱਜ ਖਤਮ ਹੁੰਦਾ ਜਾ ਰਿਹਾ ਹਾਂਜੀ ਸਮੇਂ ਦੀ ਚੇਂਜਸ ਦੇ ਨਾਲ ਨਾ ਉਹ ਪੇਸ਼ੈਂਸ ਨਜ਼ਰ ਆਉਂਦੀ ਹੈ ਹਰ ਇੱਕ ਚੀਜ਼ ਫਟਾਫਟ ਚਾਹੀਦੀ ਹੈਗੀ ਹੈ ਅਤੇ ਬੱਚਿਆਂ ਦੇ ਵਿੱਚ ਜਿਹੜਾ ਇਨਕਲਕੇਟ ਕਰਨੀ ਸੀ ਉਹ ਸਪਿਰਚੁਅਲ ਵੈਲਿਊਜ਼ ਉਹਦੇ ਵਾਸਤੇ ਸਮਾਂ ਨਹੀਂ ਨਿਕਲਦਾ ਜਿਸ ਕਾਰਨ ਇਹ ਇੱਕ ਬੜਾ ਵੱਡਾ ਇਸ਼ੂ ਹੈ ਕੀ ਤੁਹਾਡਾ ਇਹ ਮੰਨਣਾ ਹੈ ਕਿ ਇਹ ਸਪਿਰਚੁਅਲ ਵੈਲਿਊਜ਼ ਜਿਹੜੀਆਂ ਨੇ ਇਹ ਜਦ ਤੱਕ ਇੰਟੀਗ੍ਰੇਟ ਅਸੀਂ ਨਹੀਂ ਕਰਦੇ ਆਪਣੇ ਘਰ ਦੇ ਕਰਿਕੁਲਮ ਦੇ ਵਿੱਚ ਅਤੇ ਉਹ ਤਦ ਤੱਕ ਅਸੀਂ ਉਸ ਬੱਚੇ ਦੀ ਸਟਰੋਂਗ ਗਰਾਊਂਡਿੰਗ ਨਹੀਂ ਕਰ ਸਕਦੇ ਵੀਰ ਜੀ ਜਿਹੜੇ ਬੱਚੇ ਸਵੇਰੇ ਸੁੱਤੇ ਉੱਠਦੇ ਆ ਜਦੋਂ ਉਹ ਦੇਖਦੇ ਆ ਕਿ ਮੇਰੀ ਮਾਂ ਮਹਾਰਾਜ ਦੇ ਕਮਰੇ 'ਚੋਂ ਨਿਕਲ ਕੇ ਆਈ ਆ ਜਾਂ ਮੇਰੀ ਮਾਂ ਦੇ ਹੱਥ ਵਿੱਚ ਗੁਟਕਾ ਹੈਗਾ ਚਲੋ ਗੁਟਕਾ ਵੀ ਰਹਿਣ ਦਿਓ ਜਾਂ ਉਹ ਬੱਚੇ ਦੇਖਦੇ ਉਹ ਬੱਚੇ ਗੁਰੂ ਆਪ ਹੀ ਇੱਦਾਂ ਹੋਏ ਕਿ ਸਵੇਰੇ ਘਰ 'ਚ ਗੁਰਬਾਣੀ ਦਾ ਕੀਰਤਨ ਲੱਗਾ ਆ ਜਾਂ ਇਹਨੂੰ ਵੀ ਆਪਾਂ ਦੇਖ ਲਈਏ ਕਿ ਬੱਚੇ ਦੇਖਣ ਘਰ ਵਿੱਚ ਸਾਡੇ ਬੁੱਕਸ ਕਿਹੋ ਜਿਹੀਆਂ ਪਈਆਂ ਹੈਗੀਆਂ ਮੇਰੀ ਮਾਂ ਕੀ ਪੜ੍ਹਦੀ ਆ ਮੇਰੀ ਮਾਂ ਦੀ ਕੀ ਸੋਚ ਹੈਗੀ ਜਾਂ ਫਾਦਰ ਦੀ ਕੀ ਸੋਚ ਹੈਗੀ ਨੈਚੁਰਲੀ ਬੱਚੇ 'ਤੇ ਉਹ ਇਫੈਕਟ ਪੈਣਾ ਰਾਈਟ ਵੇ ਨਹੀਂ ਪਊਗਾ ਹੁਣ ਤੱਕ ਆਪਾਂ ਨੂੰ ਯਾਦ ਹੈ ਆਪਣੇ ਮਾਂ ਬਾਪ ਦੀਆਂ ਕਹੀਆਂ ਹੋਈਆਂ ਗੱਲਾਂ ਉਦੋਂ ਜਿਹੜੀਆਂ ਨਹੀਂ ਸਮਝ ਆਉਂਦੀਆਂ ਸੀ ਹੁਣ ਸਮਝ ਆਉਂਦੀਆਂ ਜਦੋਂ ਆਪਣੇ ਬੱਚਿਆਂ ਨੂੰ ਪਾਲਦੇ ਹਾਂ ਉਹਨਾਂ ਚੈਲੰਜ ਵਿੱਚ ਦੀ ਲੰਘਦੇ ਹਾਂ ਕਿ ਸਾਡੇ ਬਜ਼ੁਰਗ ਸਾਡੇ ਮਾਂ ਬਾਪ ਸਾਨੂੰ ਕੀ ਉਸ ਵੇਲੇ ਕਹਿਣਾ ਚਾਹੁੰਦੇ ਸੀਗੇ ਸੋ ਜੋ ਵੀ ਸਾਡਾ ਜਿਹੜਾ ਕਿਰਿਆਕ੍ਰਮ ਹੈਗਾ ਸਾਰਾ ਦਿਨ ਦਾ ਉਹ ਸਾਡੇ ਬੱਚੇ 'ਤੇ ਬਹੁਤ ਜ਼ਿਆਦਾ ਅਸਰ ਪੈਂਦਾ ਜੇ ਸਾਡੀ ਲਾਈਫ ਸਿੱਧੀ ਹੋਊਗੀ ਜੇ ਸਾਡੇ ਕੋਲ ਸਾਡਾ ਉੱਚਾ ਅਤੇ ਸੁੱਚਾ ਕਿਰਦਾਰ ਹੋਊਗਾ ਜੇ ਉਹ ਸਾਰੀਆਂ ਗੱਲਾਂ ਸਾਡੀ ਲਾਈਫ ਵਿੱਚ ਹੋਣਗੀਆਂ ਨੈਚੁਰਲੀ ਬੱਚਿਆਂ 'ਤੇ ਅਸਰ ਕਰਨਗੀਆਂ ਕੀ ਕਰਨਗੀਆਂ ਅੱਜ ਨਹੀਂ ਕਰਨਗੀਆਂ ਅਤੇ ਕੱਲ੍ਹ ਕਰਨਗੀਆਂ ਪਰ ਉਹ ਇੱਕ ਸੀਡ ਜਿਹੜਾ ਉਹ ਤਾਂ ਇਨਗ੍ਰੇਨ ਹੋ ਹੀ ਜਾਏਗਾ ਹੋ ਜਾਊਗਾ ਔਰ ਕੁਛ ਵੀ ਨਹੀਂ ਅਤੇ ਬੱਚਾ ਇਹ ਸੋਚੂਗਾ ਕਿ ਮੇਰੀ ਮਾਂ ਇੱਕ ਬੜੀ ਸਪਿਰਿਚੁਅਲ ਲੇਡੀ ਆ ਜਾਂ ਮੇਰਾ ਫਾਦਰ ਇੱਕ ਬੜਾ ਸਪਿਰਿਚੁਅਲ ਪਰਸਨ ਹੈਗਾ ਆ ਜਾਂ ਹੋਰ ਕੋਈ ਵੀ ਗੁਣ ਲੈ ਲਓ ਗੁਣ ਕਈ ਹੁੰਦੇ ਆ ਜਾਂ ਮੇਰਾ ਫਾਦਰ ਸਪੋਰਟਸ ਵਿੱਚ ਬਹੁਤ ਗੁਣ ਆ ਜਾਂ ਮੇਰੇ ਫਾਦਰ ਕੋਲ ਆਹ ਚੀਜ਼ ਆ ਜਾਂ ਮੇਰੀ ਮੰਮ ਕੋਲ ਆਹ ਚੀਜ਼ ਆਹ ਗੁਣ ਹੈਗੇ ਆ ਬੱਚਿਆਂ ਨੂੰ ਸਭ ਪਤਾ ਹੁੰਦਾ ਹੈਗਾ ਦੂਸਰੀ ਗੱਲ ਇਹ ਹੈਗੀ ਆ ਕਿ ਕਮਿਊਨਿਟੀ ਲੈਵਲ 'ਤੇ ਵੀਰ ਜੀ ਸਾਨੂੰ ਬਹੁਤ ਕੁਛ ਕਰਨ ਦੀ ਲੋੜ ਹੈਗੀ ਸਾਨੂੰ ਇਕੱਠੇ ਹੋ ਕੇ ਹੰਬਲਾ ਮਾਰਨ ਦੀ ਲੋੜ ਹੈਗੀ ਆ ਸਾਡੇ ਅੱਜ ਕੱਲ੍ਹ ਜੋ ਸਕੂਲਾਂ ਵਿੱਚ ਹੋ ਰਿਹਾ ਹੈਗਾ ਛੋਟੀਆਂ ਛੋਟੀਆਂ ਗ੍ਰੇਡ ਵਿੱਚ ਬੱਚਿਆਂ ਨਾਲ ਜੋ ਸ਼ੁਰੂ ਹੋ ਜਾਂਦਾ ਉਹ ਅਸੀਂ ਘਰ ਬੈਠੇ ਕਦੀ ਸੋਚ ਵੀ ਨਹੀਂ ਸਕਦੇ ਹੈਗੇ ਉਹ ਸਾਨੂੰ ਆਪਣੇ ਜਾ ਕੇ ਟੀਚਰਸ ਨਾਲ ਬੱਚਿਆਂ ਨਾਲ ਸਾਰਾ ਦੇਖਣਾ ਪੈਣਾ ਗੱਲਬਾਤ ਕਰਨੀ ਪੈਣੀ ਹੈਗੀ ਆ ਸੋ ਇੰਟਰੈਕਸ਼ਨ ਨਾ ਸਿਰਫ ਘਰ ਬਲਕਿ ਸਮਾਜ ਦੇ ਵਿੱਚ ਵੀ ਜਿਹੜਾ ਜਿੱਥੇ ਵੀ ਬੱਚਾ ਇਨਵੋਲਵ ਹੈ ਉਹਦੇ ਵਿੱਚ ਵੀ ਇਨਵੋਲਵਮੈਂਟ ਦੀ ਲੋੜ ਹੈ ਅੱਛਾ ਇੱਕ ਚੀਜ਼ ਆਉਂਦੀ ਹੈਗੀ ਕਿ ਆਮ ਤੌਰ 'ਤੇ ਜਿਹੜਾ ਅਸੀਂ ਸਮਝਦੇ ਕਿ ਜੀ ਜੋ ਮੈਨੂੰ ਪਤਾ ਹੈ ਐਜ਼ ਪੇਰੈਂਟਸ ਉਹ ਬੱਚੇ ਨੂੰ ਨਹੀਂ ਪਤਾ ਅਤੇ ਅਸੀਂ ਉਸ ਥੋਟ ਨੂੰ ਇਨਫੋਰਸ ਕਰਨਾ ਚਾਹੁੰਦੇ ਉਸ ਬੱਚੇ ਦੇ ਉੱਤੇ ਕਈ ਵਾਰੀ ਔਫਕੋਰਸ ਨੋ ਡਾਊਟ ਐਕਸਪੀਰੀਅੰਸ ਜਿਹੜਾ ਮਾਂ ਪਿਓ ਦਾ ਜ਼ਿਆਦਾ ਹੈਗਾ ਲੇਕਿਨ ਕਈ ਵਾਰੀ ਬੱਚਿਆਂ ਨੂੰ ਵੀ ਇੱਕ ਮੌਕਾ ਜਿਹੜਾ ਨਹੀਂ ਮਿਲਦਾ ਕਿ ਉਹ ਦੱਬ ਕੇ ਰਹਿ ਜਾਂਦੇ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਪਹਿਲੀ ਗੱਲ ਵੀਰ ਜੀ ਸਾਨੂੰ ਇਹ ਯਾਦ ਭੁੱਲ ਜਾਂਦਾ ਕਿ ਵਾਹਿਗੁਰੂ ਨੇ ਸਾਨੂੰ ਇੱਕ ਜ਼ੁਬਾਨ ਦਿੱਤੀ ਦੋ ਕੰਨ ਦਿੱਤੇ ਜੀ ਸੁਣੋ ਜ਼ਿਆਦਾ ਬੋਲੋ ਘੱਟ ਰਾਈਟ ਕਿਤੇ ਵੀ
पर असी तो अपने बच्चों भी नहीं सुन सकते कि कई बार बच्चे बाहरों स्कूल तो आते जा कितने आता जा उन्हों का कोई इशू होंगे एकदम आ के सू फटाफट गल्ला असी उस वेले उन्होंने चुप करा के अपने लैक्चर देना शुरू कर देंगे और यह भी सानू जो आप बच्चे रेज करते फिर ही पता लगता मेरा बेटा मैं कहता कि माँ मैं तुहाडे पहले दो सेंटेंस सुनदा उस तो बाद सो समझ आ गई कि जो इन्होंने कहना दो सेंटेंस में ही कह रहे हो सो सानू बोलना घट चाहिए सुनना ज़्यादा चाहिए कि जे असी सुनांगे फिर ही सानू पता लगेगा कि उन्होंने चैलेंज उन्होंने प्रॉब्लम या उन्होंने इशूज की है। दूसरी गल है कि जिदा जिदा बच्चा स्कूल कॉलेज यूनिवर्सिटी हायर लैवल पर जाता वह बच्चे की सोच उस बच्चे की रीसर्च कई बार बच्चों नू माँ बाप तो भी ज़्यादा पता होंगे तो ये भी ना सा होमी कंध बन के खड़े रखे कि नहीं मैं ही माँ बाप हाँ मेरी सारे सुन तो दूजे पास ईगो ये भी ना हो जाए जी मेरे बच्चों नू बहुत पता आ बच्चे फिर भी बच्चे आ बिल्कुल उन्हां कोल एजुकेशन हो सकती है बिल्कुल अजकल तुसी देखो आनंद कार्ज ते कहिंदे बच्चों नूं कुछ दसन दी लोड़ नहीं हैगी बच्चे पढ़े लिखे आ बच्चे पढ़े लिखे अपने फील्ड विच आ ग्रेस्ट लाइफ च नहीं हो पाए ग्रेस्ट लाइफ दे उन्हां नूं चैलेंज नहीं पता हैगा उह उन्हां विच दी नहीं लंघे हैगे उह तां उन्हां नूं जे कोई दसूगा उन्हां नूं पहलां ही सारा कुछ समझा ही जाऊगा तो उन्हां दी लाइफ बैटर होगी। बहुत बहुत धन्यवाद जी एक बड़ा एक इंपोर्टेंट इशू दे तुसी परस्पेक्टिव दित्ता ते नाल एक खास तौर उत्ते जिहड़ियां तुहाडियां रिट्रीट्स हुंदियां ने उस तों ਇਲਾਵਾ ਜਿਹੜਾ ਮੰਥਲੀ ਤੁਹਾਡਾ ਮਿਲਦੇ ਹੋਏ ਦੂਸਰੇ ਨਾਲ ਤੁਸੀਂ ਇਹ ਇਸ਼ੂਜ਼ ਨੂੰ ਡਿਸਕਸ ਕਰਕੇ ਜੋ ਵੀ ਆਫਕੋਰਸ ਹਰ ਚੀਜ਼ ਦਾ ਸੋਲਿਊਸ਼ਨ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਮਾਹੌਲ ਹੈ ਉਸ ਦੇ ਹਿਸਾਬ ਨਾਲ ਤੁਸੀਂ ਵਾਰਤਾਲਾਪ ਕਰਦੇ ਹੋ ਧੰਨਵਾਦ ਐਂਡ ਬੈਸਟ ਵਿਸ਼ਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਇਸ ਦੇ ਨਾਲ ਕਰਦੇ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ ਫੀਡਬੈਕ ਜ਼ਰੂਰ ਦੇਣਾ ਅਤੇ ਤੁਹਾਡੇ ਕੋਲ ਵੀ ਕੋਈ ਵਿਸ਼ਾ ਹੋਵੇ ਜਿਸ ਦੇ ਬਾਰੇ ਤੁਸੀਂ ਸਮਝਦੇ ਹੋ ਕਿ ਵਿਚਾਰ ਵਟਾਂਦਰਾ ਕਰਨਾ ਲਾਜ਼ਮੀ ਬੰਦਾ ਹੈ ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604-603-7555 ਈਮੇਲ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਹਰਪ੍ਰੀਤ ਸਿੰਘ ਸ਼ੋਅ @gmail.com ਧੰਨਵਾਦ ਜੀ ਅਸੀਂ ਆਪਣੇ ਸਪੋਂਸਰ ਅਤੇ ਐਡਵਰਟਾਈਜ਼ ਦੇ ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚਦੇ ਨੇ। ਇਹ ਪ੍ਰੋਗਰਾਮ ਕਿਉਂਕਿ ਨਾ ਤਾਂ ਅਸੀਂ ਕੋਈ ਸਰਕਾਰੀ ਸਪੋਰਟ ਦੇ ਉੱਤੇ ਹਾਂ ਨਾ ਹੀ ਕੋਈ ਪੰਥਕ ਸਪੋਰਟ ਦੇ ਉੱਤੇ ਹੈਗੇ ਹਾਂ ਤੁਹਾਡੇ ਹੀ ਸਹਿਯੋਗ ਨਾਲ ਇਹ ਪ੍ਰੋਗਰਾਮ ਚੱਲਦਾ ਹੈ ਅਤੇ ਇਸੇ ਕਰਕੇ ਉਹ ਮੁੱਦੇ ਲੈ ਕੇ ਆਉਂਦੇ ਹਾਂ ਜਿਨ੍ਹਾਂ ਦਾ ਕਿ ਰੋਜ਼ਮਰਾ ਜ਼ਿੰਦਗੀ ਨਾਲ ਤਾਲੁਕ ਹੁੰਦਾ ਹੈ ਅਤੇ ਇਸ ਦੇ ਵਿੱਚ ਜ਼ਰੂਰ ਜੇਕਰ ਤੁਸੀਂ ਥਰੂ ਐਡਵਰਟਾਈਜ਼ਮੈਂਟ ਜਾਂ ਸਪੋਂਸਰਸ਼ਿਪ ਸਪੋਰਟ ਕਰ ਸਕਦੇ ਹੋ ਤਾਂ ਤੁਹਾਡੇ ਧੰਨਵਾਦੀ ਹੋਵਾਂਗੇ। ਫਿਰ ਮੁਲਾਕਾਤ ਕਰਾਂਗੇ ਤਦ ਤੱਕ ਗੁੱਡ ਬਾਏ।